ਬੀਤੇ ਦਿਨੀ ਫਾਜ਼ਿਲਕਾ ਵਿੱਚ ਹੋਈ ਲੁੱਟਖੋਰ ਦੀ ਘਟਨਾ ਨੂੰ ਪੁਲਿਸ ਦੁਆਰਾ ਸੁਲਝਾ ਲਿਆ ਗਿਆ ਹੈ ਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਚਾਰ ਲੁਟੇਰਿਆਂ ਵਿੱਚੋਂ ਤਿੰਨ ਨੂੰ ਕਾਬੂ ਕਰ ਉਹਨਾਂ ਕੋਲੋਂ ਤਿੰਨ ਮੋਟਰਸਾਈਕਲ ਇੱਕ ਐਕਟਿਵਾ ਔਰਤ ਕੋਲੋਂ ਖੋਇਆ ਕੋਕਾ ਤੇ 6 ਮੋਬਾਈਲ ਵੀ ਬਰਾਮਦ ਕੀਤੇ ਗਏ ਨੇ ਦੱਸ ਦਈਏ ਕਿ ਫਾਜ਼ਿਲਕਾ ਦੇ ਮੁਹੱਲਾ ਆਦਰਸ਼ ਨਗਰ ਦੇ ਡਾਕਟਰ ਵਿਜੇ ਕੁਮਾਰ ਦੇ ਘਰ ਚਾਰ ਨੌਜਵਾਨਾਂ ਵੱਲੋਂ ਦਿਨ ਦਿਹਾੜੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੌਰਾਨ ਘਰ ਵਿੱਚ ਇਕੱਲੀ ਰਹਿੰਦੀ ਬਜ਼ੁਰਗ ਔਰਤ ਵੱਲੋਂ ਰੌਲਾ ਪਾਉਣ ਦੇ ਬਾਅਦ ਲੁਟੇਰੇ ਉਸ ਔਰਤ ਦੇ ਨੱਕ ਵਿੱਚ ਪਾਇਆ ਕੋਕਾ ਹੀ ਖੋ ਕੇ ਫਰਾਰ ਹੋ ਗਏ ਸਨ ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਬਾਬਤ ਫਾਜ਼ਿਲਕਾ ਦੇ SSP ਡਾਕਟਰ ਕੇਤਨ ਬਲੀ ਰਾਮ ਪਾਟਿਲ ਵੱਲੋਂ ਮੀਡੀਆ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਫਾਜ਼ਿਲਕਾ ਮੇ ਆਦਰਸ਼ ਨਗਰੀ ਮੇ ਡਾਕਟਰ ਵਿਜੇ ਅਰੋੜਾ ਹੈ ਉਨਕਾ ਮਕਾਨ ਹੈ ਫਾਜ਼ਿਲਕਾ ਕੇ ਫੇਮਸ ਔਰਥੋਪੇਡਿਕ ਸਰਜਨ ਡਾਕਟਰ ਵਿਜੇ ਅਰੋੜਾ ਔਰ ਉਨਕੀ ਮਿਸਿਸ ਵੀ ਡਾਕਟਰ ਇਨਕੇ ਘਰ ਪੇ ਦੁਪਹਿਰ ਮੇ 12:30 ਕੇ ਦਰਮਿਆਨ ਚਾਰ ਲੋਕ ਘਰ ਮੇ ਘੁਸ ਕੇ ਮਤਲਬ ਇੱਕ ਹਾਊਸ ਬ੍ਰੇਕਿੰਗ ਕੀ ਇਹਨਾਂ ਨੇ ਵਾਰਦਾਤ ਕਰਨ ਦੀ ਕੋਸ਼ਿਸ਼ ਕੀ ਪਰ ਮੁਹੱਲੇ ਵਾਲੋ ਕੇ ਸੂਝਬੂਝੇ ਔਰ CCTV ਕੈਮਰੇ ਹੋਣ ਕੀ ਵਜ੍ਹਾ ਸੇ ਹਮ ਇਨਕੋ ਆਈਡੈਂਟੀਫਾਈ ਕਰ ਪਾਏ ਟਰੇਸ ਕਰ ਪਾਏ ਔਰ ਕੱਲ ਹਮਨੇ ਇਨ ਚਾਰ ਲੋਕੋ ਮੇ ਸੇ ਜੋ ਤੀਨ ਜੋ ਵਾਰਦਾਤ ਕਰਨ ਵਾਲੇ ਲੜਕੇ ਇਨਕੋ ਅਰੈਸਟ ਕਰਨ ਮੇ ਕਾਮਯਾਬ ਹੋਈ ਫਾਜ਼ਿਲਕਾ ਪੁਲਿਸ ਇਨਮੇ ਸੇ ਸੰਦੀਪ ਸਿੰਘ ਉਰਫ ਗਗਨੀ ਯੇ ਪਿੰਡ ਜੋਬ ਡਿਪੋਲਾਨਾ ਕਾ ਹੈ ਦੋ ਬੰਦੇ ਜੋ ਪਰਮਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਔਰ ਹਰਮਨਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਇਲਿਆਸ ਕਾਕਾ ਯੇ ਅਬੁਲ ਖੁਰਾਨਾ ਹਲਕਾ ਲੰਬੀ ਜ਼ਿਲ੍ਹਾ ਮੁਕਤਸਰ ਕੇ ਰਹਿਣ ਵਾਲੇ ਦੋ ਲੜਕੇ ਇਹਨਾਂ ਪਿੱਛੇ ਵੀ ਬਹੁਤ ਸਾਰੀ ਵਾਰਦਾਤੇ ਕੀ ਹੈ ਸਿਰਸਾ ਮੇ ਡੱਬਵਾਲੀ ਸਿਟੀ ਸੇ ਲੈ ਕੇ ਮੁਕਤਸਰ ਫਾਜ਼ਿਲਕਾ ਔਰ ਜਲਾਲਾਬਾਦ ਮੇ ਇਨਕੇ ਉੱਪਰ ਆਲਰੇਡੀ ਚਾਰ ਪਰਚੇ ਦਰਜ ਹੋਏ ਇਨਸੇ ਹਮਨੇ ਇੱਕ ਸੋਨੇ ਕੀ 350 ਗ੍ਰਾਮ ਮਿਲੀਗ੍ਰਾਮ ਕੀ ਇੱਕ ਸੋਨੇ ਕੀ ਲੇਡੀ ਕੋਕਾ ਜੋ ਬੋਲਤੇ ਉਸਕੋ ਬਰਾਮਦ ਕੀਆ ਤਿੰਨ ਮੋਟਰਸਾਈਕਲ ਹੈ 6 ਮੋਬਾਈਲ ਔਰ ਐਕਟਿਵਾ ਇਤਨੀ ਚੀਜ਼ੇ ਬਰਾਮਦ ਹੋਏ ਔਰ ਵੀ ਇਹਨਾਂ ਨੇ ਵਾਰਦਾਤੇ ਕਰਨੇ ਕੀ ਸੰਭਾਵਨਾ ਹੋ ਸਕਤੀ ਹੈ ਬਾਈਕ ਚੋਰੀ ਕੇ ਵੀ ਇਨਕੇ ਉੱਪਰ ਪਰਚੇ ਬਾਈਕ ਵੀ ਲੈ ਹੈ ਔਰ ਇਨਕੇ ਮੋਬਾਈਲ ਸਨੈਚਿੰਗ ਕੇ ਵੀ ਇਨਕੇ ਇਨਸੀਡੈਂਟ ਹੈ ਜੋ ਬਾਈਕ ਮਿਲੇ ਹੈ ਇਹ ਚੋਰੀ ਕੇ ਹੈ ਜਾਂ ਇਨਕੇ ਅਬ ਹਮ ਜੋ ਦੇਖੋ ਇਨਕੇ ਪਾਸ ਤਿੰਨ ਮੋਟਰਸਾਈਕਲ ਮਿਲੇ ਹਮ ਇਸਕੇ ਸਾਰੇ ਜੋ ਡਾਕੂਮੈਂਟ ਚੈੱਕ ਕਰੇਂਗੇ ਇਹਨਾਂ ਕਹਾ ਸੀ ਚੋਰੀ ਕੀਆ ਕੈਸੇ ਚੋਰੀ ਕੀਆ ਇਹ ਸਾਰੀ ਬਾਤੇਂ ਚੈੱਕ ਫਾਜ਼ਿਲਕਾ ਤੋਂ ਸੁਰਿੰਦਰਜੀਤ ਸਿੰਘ ਦੀ ਰਿਪੋਰਟ।